बाबा दे बुलंद सलातो सलाम अलैहि देखिए मेरा पुत्र ना बाहर ना आवाज जाए कि बिल्कुल बाहर नहीं जानी चाहिए। अब बचिया जे घर वो जबर है बाहर आवाज गई जी ना जानिए की बनेगा अपने नाम सलात और सलाम अली गया अल्लाह का जजा दे। अगर इसे तरह ही आप पंध रहेंगे तो दूजिया कौम जमदिया ना आगे समझ दूजिया कौम मगर उन्होंने वास्ते भी अल्लाह ताला का बड़ा पैगाम है तो बड़ा खुला पैगाम है तो कोई गल नहीं ना पढ़ उची ना पढ़ नीवी ना पढ़ सज्जे ना पढ़ खब्बे मगर याद रख गोडे पन्हा के मथा लवा के सामने बा के सुनागा जरूर सुनागा तेरे मुंह चो कढ़ावांगा जरूर इवें है ना बात है मेरा बेटा जी अगर असि पढ़ते रहते बाजे बुलंद खुले हो के इश्क न पढ़ते रहते तो इंशाला 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 अ सारे ही दरूद आए होंगे दरूद तो बगैर कोई भी ना होंगे अल्लाह ताला साड़ा दरूद पढ़ना कबूल फरमाए। मुकसर की बात है टाइम अपने को बड़ा मुकसर है टोटली 30 मिनट आप लाने ने जितने 30 मिनट हो जाए थोड़ा कम नहीं मैंने दसना कि 30 मिनट हो गए ठीक है ना जी। अलहमदुल्ला अलहमदुल्ला रब्बिल आलमीन والصلاه والسلام على سيد الانبياء والمرسلين وعلى اله واصحابه اجمعين اما بعد فاعوذ بالله من الشيطان الرجيم بسم الله الرحمن الرحيم وما ارسلك الا رحمه للعالمين قال الله تبارك وتعالى في شان حبيبه ان الله وملائكته يصلون على النبي يا ايها الذين امنوا صلوا عليه وسلموا تسليما الصلاه والسلام तुसी बां पड़ी
ਅਸੀਂ ਪਾਰ ਲੱਗੇ ਜੇ ਤੂੰ ਬਾਣਾ ਫੜ ਦੋ ਕਿਨਾਰੇ ਜੇ ਤੂੰ ਬਾਣਾ ਫੜ ਦੋ ਬੋਲੋ ਨਾ ਜੇ ਤੂੰ ਬਾਣਾ ਫੜ ਦੋ ਹਬੀਬਾ ਜੇ ਤੇਰੇ ਇਸ਼ਾਰੇ ਵਿੱਚੋਂ ਵੀ ਪੜੋ ਤੇ ਉੱਤੋਂ ਵੀ ਪੜੋ ਹਬੀਬਾਜ ਤੇਰੇ ਹਬੀਬਾਜ ਤੇਰੇ ਐਂ ਕਹੋ ਨਾ ਅੱਲਾ ਦੀ ਜ਼ਬਾਨ ਬੋਲੋ ਪਿਆਰੀ ਦੀ ਜ਼ਬਾਨ ਬੋਲੋ ਹਬੀਬਾਜ ਤੇਰੇ ਉਤਾਰੇ ਹਬੀਬਾਜ ਤੇਰੇ ਨਾ ਸਮਾਨ ਸੀ ਨਾ ਜ਼ਮੀਨ ਸੀ ਨਾ ਲਹੁ ਸੀ ਨਾ ਕਲਮ ਸੀ ਨਾ ਸੱਜਾ ਸੀ ਨਾ ਖੱਬਾ ਸੀ ਨਾ ਲਾਂਘਾ ਸੀ ਨਾ ਚੜ੍ਹਦਾ ਸੀ ਨਾ ਸਾਈਬੇ ਸੀ ਨਾ ਪਿੱਛੇ ਸੀ ਯਾ ਅੱਲਾ ਫੇਰ ਫਰਮਾਇਆ ਤੂੰ ਸੈ ਮਹਿਬੂਬ ਤੂੰ ਸੈ ਅਰਜ਼ ਕੀਤੀ ਯਾ ਅੱਲਾ ਜਿਹਨੂੰ ਕੋਈ ਚੀਜ਼ ਨਹੀਂ ਸੀ ਆਦਮ ਦੀ ਮਿੱਟੀ ਪਾਣੀ ਦਾ ਰੌਲਾ ਹੈ ਹੀ ਨਹੀਂ ਸੀ ਨਾ ਜ਼ਮੀਨ ਸੀ ਨਾ ਆਸਮਾਨ ਸੀ ਨਾ ਬਸ਼ਰ ਸੀ ਨਾ ਮਗਰਬ ਸੀ ਨਾ ਸ਼ਮਾਲ ਸੀ ਨਾ ਜਨੂਬ ਸੀ ਕਿੱਥੇ ਰੱਖਿਆ ਹੀ ਅੱਲਾ ਫਰਮਾਇਆ ਮਹਿਬੂਬਾ ਆਪਣੇ ਖਾਸ ਕੁਰਬ ਚ ਆਪਣੇ ਖਾਸ ਯਾ ਅੱਲਾ ਇੰਨਾ ਪਹਿਲੇ ਕਿਉਂ ਫਰਮਾਇਆ ਬਾਕੀ ਬਾਤ ਤੁਸੀਂ ਮਹਿਬੂਬਾ ਰੌਲਾ ਇਹ ਨਹੀਂ ਰੌਲਾ ਇਹ ਸੀ ਤੂੰ ਮੈਨੂੰ ਵੇਖੀ ਜਾ ਮੈਂ ਤੈਨੂੰ ਵੇਖੀ ਜਾ ਤੇ ਤੂੰ ਰੱਜ 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 ਵੇਖ ਲਾਂਗੇ ਦੂਜਾ ਮਾਮਲਾ ਫੇਰ ਸੀ ਸੁਭਾਨ ਅੱਲਾਹ ਮਹਿਬੂਬਾ ਜੇ ਤੇਰੇ ਉਤਾਰੇ ਨਾ ਹੁੰਦੇ ਵੇਖਿਆ ਹੀ ਨਾ ਬਹਾਰਾਂ ਨਾ ਹੁੰਦੀਆਂ ਬਾਬਾ ਜੀ ਪੀਰ ਸੱਜਦ ਮਹਿਬੂਬ ਓ ਮਹਿਬੂਬ ਸੁਭਾਨ ਅੱਲਾ ਬੋਲੋ ਨਾ ਸੁਭਾਨ ਅੱਲਾ ਬਾਬਾ ਜੀ ਸੈਯਦ ਪੀਰ ਕਬੀਰ ਅਲੀ ਸ਼ਾਹ ਸਾਹਿਬ ਫਰਮਾਉਂਦੇ ਨੇ ਕਿ ਮੈਂ ਤੁਹਾਡੇ ਕਾਬਾ ਵਾਸਤੇ ਜਦੋਂ ਗਿਆ ਨਾ ਜ਼ਿਆਰਤ ਵਾਸਤੇ ਤਵਾਫ ਕਰਨੇ ਪਏ ਆ ਤੇ ਪਹਿਲੇ ਚੱਕਰ ਜਦੋਂ ਆਏ ਤੇ ਕਮਾਈ ਫਟੇ ਜਾ ਕੱਪੜੇ ਮਦਰਾ ਜਿਹਾ ਕੱਦ ਲੜਕੜਾ ਕੇ ਤੁਰੀ ਜਾਂਦੀ ਹੈ ਹੌਲੀ ਹੌਲੀ ਖਰਾਮਾ ਤੇ ਤਵਾਫ ਉਹ ਵੀ ਕਰਦੀ ਅੱਲਾਹੁਮ ਲਬੈਕ ਤੇਰੇ ਦਰਬਾਰ ਹਾਜ਼ਰਾਂ ਯਾ ਅੱਲਾ ਹਾਜ਼ਰਾਂ ਯਾ ਅੱਲਾ ਹਾਜ਼ਰਾਂ ਅਜਰੇ ਉਸ ਦੇ ਸਾਹਮਣੇ ਆਈ ਨਾ ਤੇ ਹੱਥ ਖੜ ਕਰਕੇ ਤੇ ਬੜੇ ਪਿਆਰ ਜਿਹੇ ਅੰਦਾਜ਼ ਨਾਲ ਕਹਿੰਦੀ ਹੈ ਅੱਲਾਹ ਉੱਪਰ ਅੱਲਾਹ ਉੱਪਰ ਅੱਲਾਹ ਅਕਬਰ ਬਖਸ਼ ਲੈ ਤੇ ਗੱਲ ਬੜੀ ਚੰਗੀ ਕੀ ਬੋਲ ਕੇ ਕਹਿੰਦੀ ਹੈ ਮਾਨੀ ਬਖਸ਼ ਲਵੋ ਤੇ ਗੱਲ ਬੜੀ ਬਖਸ਼ ਲੈ ਤੇ ਗੱਲ ਬੜੀ ਆ ਫਰਮਾਉਂਦੇ ਤੱਕਿਆ ਮੈਂ ਨੀ ਕਿ ਮਾਈ ਤੜੀ ਲੰਘਦੀ ਪਈ ਹੈ ਮਾਈ ਤੜੀ ਲਾਂਦੀ ਪਈ ਹੈ ਖੈਰ ਨਾ ਤਵਜੋ ਕੀਤੀ ਅਗਲਾ ਚੱਕਰ ਆਇਆ ਮਾਈ ਉਹੋ ਹੀ ਕੰਮ ਆਇਆ ਤੀਸਰਾ ਆਇਆ ਮਾਈ ਉਹੋ ਹੀ ਕੰਮ ਵਿਖਾਇਆ ਚੌਥਾ ਚੱਕਰ ਨਾ ਹੀ ਰਹੀ ਮਾਈ ਭਾਈ ਕੰਮ ਹੈ ਤੇ ਇੱਕ ਹੋਰ ਮਾਈ ਕੋਲੋਂ ਬੋਲ ਕੇ ਉਹਦੇ ਮੋਢੇ ਤੇ ਹੱਥ ਲਾ ਕੇ ਨਾ ਕਹਿ ਲੱਗੀ ਨੀ ਉਸ ਕਰ ਕੀ ਪਿਆ ਨਹੀਂ ਹੈ ਉਹਨੇ ਜੋ ਕੁਝ ਕਹਿੰਦੀ ਪਈਆਂ ਠੀਕ ਵੀ ਕਹਿੰਦੀ ਆ ਦੋਨੋਂ ਜੋ ਕੁਝ ਕਹਿੰਦੀ ਪਈਆਂ ਠੀਕ ਹੀ ਕਹਿੰਦੀ ਹੈ ਨੀ ਅੜੀਏ ਆਈਏ ਤੋਬਾ ਤੈ ਕਰਨ ਵਾਸਤੇ ਇੱਥੇ ਪੜਾਈ ਕਰਕੇ ਮਗਰੂਰੀ ਨਾਲ ਕਹਿੰਦੀ ਪਈ ਹੈ ਬਖਸ਼ ਦੇ ਤੇ ਚੰਗੀ ਗੱਲ ਹੈ ਅਨੇ ਚੱਲ ਤੇ ਚੱਲ ਉਹ ਟਿਕਾਣੇ ਕਰ ਨਾ ਬਖਸ਼ੇਗਾ ਮਦੀਨੇ ਤੋਂ ਲਿਆ ਵੀ ਅਗੇ ਫੇਰ ਮਦੀਨੇ ਦੀ ਲੈ ਕੇ ਜਾਏਗੀ ਉਹਨੇ ਕਿ ਉਹ ਰੁੱਕਾ ਮਲਾ ਉਹ ਨਾ ਮੈਂ ਸਲਾਮੂ ਅੱਜ ਉਹ ਤੋਂ ਜਾਊ ਐਂ ਕਰਕੇ ਮਹਾਮਗੀ ਮਹਬੂਬਾ ਮਰਿਆ
ਰੁਮਾਲ ਤਾਂ ਦਿੱਤੀ ਉੱਤੇ ਪੈਸਾ ਤਾਂ ਨਿਕਲਿਆ ਮੇਰੀ ਜ਼ਬਾਨ ਚ ਹਬੀਬਾ ਜੇ ਤੇਰੇ ਬਹਾਰਾਂ ਨਾ ਹੁੰਦੀਆਂ ਟੁੱਟਾ ਜੀ ਆਵੇ ਰੰਗ ਹੋਵੇ ਕਾਲਾ ਬਾਬਾ ਜੀ ਨਾ ਕੋਰ ਮੋਟੇ ਅੱਖਾਂ ਮੋਟੀਆਂ ਸ਼ਾਹ ਕਾਲਾ ਹੋਵੇ ਕਦ ਮਕਾਟ ਦਾ ਹੋਵੇ ਟਿਕਟਾ ਡਿਗਾਉਂਦਾ ਭੋਂਦਾ ਉਹ ਆਂਦਾ ਦਾਇਓ ਮਾਇਓ ਸਜਿਓ ਖਬਿਓ ਮਹਿਬੂਬ ਦੇ ਦਰ ਤੇ ਆਣ ਡਿਗੇ ਐਸਾ ਦਲ ਨਾ ਲਾਵੇ ਐਸਾ ਸੀਨੇ ਨਾ ਲਾਵੇ ਐਸਾ ਫਰਮਾਨ ਕਰੇ ਐਸਾ ਪਿਆਰ ਕਰੇ ਚੜਾ ਕੇ ਨਾ ਮੋਢਿਆਂ ਵਾਕਾਂ ਦੇ ਏਡਾ ਕੁੱਚਾ ਚੜਾ ਦੇ ਏਡਾ ਕੁੱਚਾ ਚੜਾ ਦੇ ਏਡਾ ਕੁੱਚਾ ਮੌਲਾ ਅਲੀ ਥੱਲੇ ਹੁਣ ਮੌਲਾ ਅਲੀ ਕਾਬ ਦੀ ਛੱਤ ਦੇ ਥੱਲੇ ਹੁਣ ਮੁਸਤਫਾ ਗਰੀਬ ਦੇ ਕਦੇ ਹੁਣ ਹਜ਼ੂਰ ਫਰਮਾਨ ਬੜੇ ਪਿਆਰੇ ਜੰਗ ਨਾਲ ਅਲੀ ਜੀ ਸੋਨਿਓ ਕਿੱਥੇ ਆ ਸੋਨਿਆ ਤੁਹਾਨੂੰ ਪਤਾ ਹੈ ਕੁਛ ਨਾ ਪੁੱਛੋ ਕੁਛ ਨਾ ਪੁੱਛੋ ਆਖਰੀ ਮੰਦਲਾਂ ਤੇ ਆਖਰੀ ਮੰਦਲਾਂ ਤੇ ਹਜ਼ੂਰ ਅੰਦਰ ਉੱਤੇ ਕਾਬੇ ਦੀ ਛੱਤ ਮੋਢੇ ਤੇ ਮੌਲਾ ਅਲੀ ਕਰਮੁੱਲਾ ਵਜੋ ਓ ਜਨਾਬ ਹਜ਼ੂਰ ਬਾਹਰ ਸਾਹਮਣੇ ਕਾਬਾ ਬਿਲਾਲ ਕਦਿਆਂ ਦੇ ਉਚਾਈ ਦਾ ਸਾਹਬ ਆਪੇ ਲਾਲ ਉਚਾਈ ਦਾ ਸਾਹਬ ਬਿਲਾਲ ਜੀ ਸੋਨਿਆ ਅਜ਼ਾਨ ਚ اللہ اکبر اللہ اکبر اللہ اکبر اللہ اللہ جوان اٹھیا کھڑا ہویا سونیا اے کی ہوندا پیا اے ਕੀ ਉਲਟਿਆ ਫਰਮਾਇਆ ਉਹਦੇ ਨਾਮ ਦਾ ਹੋਕਾ ਬੁਲੰਦ ਹੁੰਦਾ ਪਿਆ ਦਸੂਰ ਐਡੀ ਹੌਲੀ ਹੌਲੀ ਦਸੋਨਿਆ ਮੈਂ ਉਮਰ ਦੀ ਗੁਲਾਮੀ ਦਾ ਫਿਰ ਕੀ ਫਾਇਦਾ ਹੋਇਆ ਜੇ ਅੱਜ ਤੇਰੇ ਬਹਿ ਬਹਿ ਦਾ ਨਾਖੀਆਂ ਨੇ ਇਹਨੂੰ ਐਡੀ ਉੱਚੀ ਮੰਦਰ ਤੇ ਪਹੁੰਚਾ ਦੇ ਔਰ ਸੋਨਿਆ ਉਹਨਾਂ ਲੋਕਾਂ ਨੂੰ ਮੈਂ ਪੈਗਾਮ ਦਿੰਦਾ ਆ ਜਾਓ ਅੱਜ ਕਿੰਨਾ ਰੰਡੀਆਂ ਹੋਣਾ ਹੈ ਆਜੋ ਅੱਜ ਜਿੰਨਾ ਰੰਡੀਆਂ ਨੇ ਅੱਜ ਗੁਲਾਮੀ ਵਿੱਚ ਉਮਰ ਆ ਗਿਆ ਇਹਦਾ ਫਿਰ ਉੱਤੇ ਚੜਾਇਆ ਇਹ ਜਿਹਾ ਚੜਾਇਆ ਇਹ ਜਿਹਾ ਚੜਾਇਆ ਸੁਭਾਨ ਅੱਲਾ ਬਿਲਾਲ ਪਾਕ ਕੀ ਫਰਮਾਇਆ ਮੇਰਾ ਵਰਦਾਨ ਹੈ ਕਿ ਜਦੋਂ ਚੜਿਆ ਉਦੋਂ ਮੁਸਤਫਾ ਚੜਾਉਣ ਵਾਲੇ ਸਨ ਤੇ ਜਦੋਂ ਫਰਮਾਇਆ ਹੋਵੇਗਾ ਨਾ ਕਿ ਬਿਲਾਲ ਹੋ ਗਈ ਅਜ਼ਾਨ ਜੀ ਸੋਨਿਓ ਹੋ ਗਈ ਆ ਜਾ ਮੇਰਾ ਮੈਦਾਨ ਆਦਾ ਹੈ ਕਾਬਾ ਵੀ ਥੱਲੇ ਹੋਇਆ ਹੋਵੇਗਾ ਹੁਕਮ ਹੋਇਆ ਹੋਵੇਗਾ ਥੋੜਾ ਜਿਹਾ ਤੂੰ ਥੱਲੇ ਹੋ ਜਾ ਥੋੜਾ ਜਿਹਾ ਉਹ ਉੱਤੇ ਹੋ ਜਾ ਚੜਿਆ ਕਰੀ ਫਿਰ ਉਹਨਾਂ ਕੰਧਿਆਂ ਤੇ ਉਤਰਿਆ ਸੁਭਾਨ ਅੱਲਾ ਇਨਾ ਪਿਆਰ ਇਨੀ ਮੁਹੱਬਤ ਇਨਾ ਇਸ਼ਕ ਜਦੋਂ ਲੈ ਕੇ ਨਾ ਸਜੀ ਦੇ ਅਬਾ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਤੇ ਬਾਹਰ ਦਰਵਾਜ਼ੇ ਤੇ ਖਿਲਾਰ ਕੇ ਤੇ ਜਨਾਬ ਅੰਦਰ ਆਏ ਤੇ ਯਾਰ ਚੁਲਾ ਸਸਰਮ ਸੋਨੇ ਹੋ ਤੁਹਾਡੇ ਨਾਲ ਪਿਆਰ ਕਰਨ ਵਾਲਾ ਆ ਗਿਆ ਹੈ ਹਜ਼ੂਰ ਸੁਣ ਕਿਤੇ ਸੋਨੇ ਬਾਹਰ ਖਿਲਾਰ ਕੇ ਆਇਆ ਹਾਏ 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 ਵਾਹ 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 ਮਹਬੂਬਾ ਹਜ਼ੂਰ ਕੁਝ ਦਿਨ ਕਹਿ ਜਾਏ ਸੋਨੇ ਕਾਲਾ ਕਿੰਨਾ ਹੋ ਫਰਮਾਇਆ ਕਾਲਿਆਂ ਤੋਂ ਵੀ ਆ ਬੋਲੋ ਕਾਲਿਆਂ ਤੋਂ ਵੀ ਕਾਲਿਆਂ ਤੋਂ ਵੀ ਕਿੰਨਾ ਕੁ ਕਾਲਾ ਸੋਹਣਿਆ ਡਾਢਾ ਫਰਮਾਇਆ ਜੇ ਡਾਢਾ ਕਾਲਾ ਤੇ ਅਸੀਂ ਆਪ ਚੱਲ ਕੇ ਉਹਨਾਂ ਨੂੰ ਬਿਲਾਲ ਬਾਕੀ ਬਸ ਸੋਚਦੇ ਪਹਿਲੇ ਆਪ ਕੀ ਫਰਮਾਉਂਦੇ ਨੇ ਬੜੇ ਪਿਆਰੇ ਜਿਹੇ ਅੰਦਾਜ਼ ਨਾਲ ਕਿ ਮੈਂ ਸੋਚਦਾ ਪਿਆ ਸੀ ਕਿ ਹੋਵੇਗਾ ਕਿਆ ਬਣੇਗਾ ਕਿਵੇਂ ਹਜ਼ੂਰ ਜੀ ਤੂੰ ਸਾਹਮਣੇ ਆਏ ਮੇਰੇ ਦਿਲ ਦੀਆਂ ਧੜਕਣਾਂ ਮੇਰੀਆਂ ਨਸਾਂ ਮੇਰਾ ਪਿਆਰ ਮੇਰਾ ਇਸ਼ਕ ਇੰਜ ਇੰਜ ਆਖੀ ਜਾਏ ਅੱਗੇ ਹੋ ਅੱਗੇ ਹੋ ਅਗਾ ਵੱਧ ਕੇ ਇਹਦੇ ਕਦਮਾਂ ਦਾ ਬੋਸਾ ਲਏ ਉਹਨੇ ਅਗਾ ਮੈਨੂੰ ਉਨੀ ਟਾਈਮ ਨਹੀਂ ਦਿੱਤਾ ਤੇ ਵੱਧ ਕੇ ਯਾਰ ਨੇ ਮੇਰੇ ਮੱਥੇ ਤੋਂ ਬਸ ਐਂਡ ਕਰਕੇ ਲਿਆ
استقبال کیتا چلیا حسین جمیل سونے میک اپ والے بڑے سترے سترے بڑے سونے چٹے رنگ والے کدی انہاں دے چہرے تے پھل بہری تے یا کوئی ہور چیز دے اج تک داغ پہن لگ پین تے او چہرہ ڈاڈا ہی کچھ بے ڈھنگ کے ہو جاندا ہے چٹے چہرے اوپر جلے پھل بہری یا کوئی نشانیاں پئی دیاں نے ڈاڈا ہی او کوڑا جے لگن لا پیندا اے او جے سجنا کدی او چٹے چہرے تے ایتھے 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 بلال دا تھوڑا جا رنگ ڈھل جائے اون دے ہور بڑی اچھی جاندی بڑا لما چوڑا ماشاء اللہ ماشاء اللہ سرکار منظور فرما نے پر یار ویخ عربی دی پڑھ کے ڈنڈ لا چڑی عربی دی پڑھ کے چھری پھڑی پھڑیا چیخا مارتے 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 شہروں باہر شہروں غلطی ہو رہی اینیا میں غلطیاں کر گیا کی فرما نے جناب بلال رات ہو گئی لمبی ہوئی اینی لمبی کروٹا بدل 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 سارے پیر بھائی کٹھے ہوئے امن والے خیری سونے کمال والی گل عجیب جی رنگ جو ہو گیا سمجھ کو نہیں پی ہوئی بندہ کی پیا رات مکن دا نا ہی نہیں لیندی ہوئے ہوئے صدقے جاواں لاجپال محبوب تو یوں نظر نظر میں نظر آئی آنکھوں آنکھوں میں اشارے ہو گئے آنکھوں آنکھوں میں اشارے ہو گئے محبوبا تم ہمارے ہم تمہارے ہو گئے ماریا تو چارے بڑی سوتی سونے انداز بڑی آباد اونچائیاں چڑھائیاں زیرا زبر شدا مدا نو بڑے دھیان سونے ادا کرن والا مسکرا کے فرمایا لکتا والا سی وہ کتنے سنیو اج اونے اذان نہیں آکھی کہ آپ کی فرما لبے لیو سنو حکم ہوئی ہے جی اس نہ آکھی جی اس نہ آکھی آپ سنیا دن کائی نہیں چڑھن دینا پتر قرآن روزیا جان کے آپ سننے آپ بھی پھٹی مار جانے نال دے گوانڈ جلو آواز آ گئی کمال والی گل ہے یار ڈورے بند دیتے سن یار کمال والی گل ہے ڈورے بند دیتے ہی اور چلیا دیسی کی ہو کدی تیل والے پیپے میں تو ایک بار لنگ جائے ایک بار لنگ جائے پیو پتر کھان دے قابل نہیں لیندا ہوندا کی ہے دیسی کہ او او قران دا کی فائدہ سجنا یہ اندر ہی ہنے رائے او لکتا والے چنگے نہیں جنہاں نوں یار کرے نہ لا لیندا ہے او دیسی کی ہو کی ہے جے
ਜਿਹੜਾ ਮਿੱਟੀ ਦੇ ਤੇਲ ਚ ਲੰਗ ਜਾਏ ਨਾ, ਮਿੱਟੀ ਦੇ ਤੇਲ ਵਿੱਚੋਂ ਉਹ ਲੰਗ ਜਾਏ, ਉਹ ਖਾਣ ਦੇ ਕਾਬਲ ਨਹੀਂ ਰਹਿੰਦਾ। ਧਿਆਨ ਕਰ ਮੇਰੇ ਯਾਰ ਵਾਲੇ, ਆਪਣੇ ਯਾਰ ਦੀਆਂ ਅਦਾਵਾਂ ਨੂੰ, ਆਪਣੇ ਯਾਰ ਦੀਆਂ ਮੁਹੱਬਤਾਂ ਨੂੰ, ਆਪਣੇ ਯਾਰ ਦੀਆਂ ਉਹ ਸੱਜਣਾ ਕਰਨ ਵਾਲੀਆਂ ਨੂੰ ਇਨਸਾਨ ਫਰਾਮੋਸ਼ ਨਾ ਹੋ। ਉਹ ਮੇਰਾ ਯਾਰ ਕਿਹੜਾ ਯਾਰ ਹੈ, ਉਹ ਜ਼ਰਾ ਤੂੰ ਆਇਆ ਤੇ ਗਮੇ ਉਮਤ ਪਰਵਾਨ ਚੜਿਆ, ਗਮੇ ਉਮਤ ਰਾਜ ਗਿਆ, ਗਮੇ ਉਮਤ ਚਲਿਆ ਰਾਜ ਕੇ ਤੇ ਗਮੇ ਉਮਤ। ਕਿਆ ਹੈ ਤੂੰ, ਕਿਹੜੀ ਸੋਚ ਸੋਚਣਾ, ਕਿਹੜੇ ਪਹੁੰਚਣੇ ਪਾਇਆ ਸਾਨੂੰ, ਚਲਿਆ ਤੂੰ ਸਾਨੂੰ ਵੀ ਤਾਂ ਦੱਸ, ਉਹ ਇਸ ਤੋਂ ਇਲਾਵਾ ਹੈ ਵੀ ਇਹ ਕੁਛ ਹੋਰ ਮੱਕੇ ਜਾਂ ਮਦੀਨੇ ਹੈ ਇੰਜ ਕਰਕੇ। ਉਹ ਅੱਲਾ ਦੇ ਨਬੀ ਹੁਕਮ ਦਿੱਤਾ ਬੜਾ ਪਿਆਰਾ ਜਿਹਾ, ਜਨਾਬ ਹਜ਼ੂਰ ਸੁਲੇਮਾਨ ਅਲੈਹਿਸ ਸਲਾਮ ਤਖਤ ਬੈਠੇ, ਫੌਜ ਆਈ, ਖੁੱਲੀ ਫੌਜ, ਘੋੜੇ, ਖੋਤੇ, ਹਾਥੀ, ਊਠ, ਬੱਕਰੀ, ਹਰ ਤਰ੍ਹਾਂ ਦੀ ਮਖਲੂਕ। ਹੁਕਮ ਕੀ ਫਰਮਾਉਂਦੇ ਪਹਿਲੇ, ਨੀਵੀਂ ਹੋ ਜਾ, ਨੀਵੀਂ ਨੀਵੀਂ ਉੱਚਾ ਹੋ ਜਾ, ਇਹਨੂੰ ਉੱਚਾ ਕਰ, ਇਹਨੂੰ ਤੇਜ਼ ਤੋਰ, ਇਹਨੂੰ ਹੌਲੀ ਤੋਰ, ਇਹਨੂੰ ਸੱਜੇ ਤੋਰ, ਇਹਨੂੰ ਖੱਬੇ ਤੋਰ, ਇਹਨੂੰ ਅੱਗੇ ਤੋਰ, ਇਹਨੂੰ ਥੱਲੇ ਲਾ ਦੇ, ਇਹਨੂੰ ਉੱਤੇ ਲੈ ਜਾ। ਹੁਕਮ ਕੌਣ ਕਰਦੇ ਪਏ ਨੇ? ਅੱਲਾ ਦੇ ਨਬੀ ਕਿਹਨੂੰ ਹੁਕਮ ਕਰਦੇ ਪਏ ਨੇ? ਹਵਾ ਨੂੰ, ਇਹਨੂੰ ਜ਼ਰਾ ਤੇਜ਼ ਕਰ, ਹੁਣ ਇਹਨੂੰ ਐਸਾ ਲਿਜਾ ਲਓ, ਉੱਚਾ ਕਰ ਦੇ, ਥੱਲੇ ਕਰ ਦੇ, ਲਾ ਦੇ। ਅੱਲਾ ਦੇ ਨਬੀ ਹੁਕਮ ਕਰਦੇ ਪਏ ਨੇ ਕਿਹਨੂੰ? ਹਵਾ ਨੂੰ। ਤੂੰ ਇੰਨਾ ਚਿਰ ਇੱਥੋਂ ਗੈਰ ਹਾਜ਼ਰ ਰਿਹਾ ਹੁਕਮ ਕਰ, ਉਹ ਆ ਜਾਏ। ਦੋ ਤਲਵਾਰਾਂ ਫੱਪਦੀਆਂ ਨਹੀਂ, ਜਨਾਬ ਨੇ ਫਟਾਫਟ ਰੁਕਾ ਲੈ ਕਿਹਾ, ਰੁਕਾ ਲੈ ਕੇ ਉਹਨੂੰ ਹੀ ਫੜਾਇਆ, ਚੱਲ ਉਹਨੂੰ ਦੇ ਕੇ ਆ, ਫਰ ਕਰਕੇ ਉੱਡਿਆ, ਜਾ ਕੇ ਉਹਦੀ ਛਾਤੀ ਤੇ ਰੱਖਿਆ, ਉੱਠੀ ਘਬਰਾਈ, ਕਿਸੀ ਨੇ ਤੈਨੂੰ ਬੁਲਾ, ਮੈਨੂੰ ਬੁਲਾ, ਇੱਕ ਦੋ ਤਿੰਨ ਚਾਰ, ਉਹ ਬੇੜਾ ਡੁੱਬੇ ਤੁਹਾਡਾ, ਰੁਕਾ ਕਿੱਥੋਂ ਦੀ ਆ ਗਿਆ, ਆ ਰੁਕਾ ਕਿੱਥੋਂ ਦੀ ਆ ਗਿਆ, ਬਹਿ ਗਏ ਉੱਥੇ ਆਲੇ ਵਿੱਚ। ਆਏ ਜਿਹੜੇ ਸੱਚੇ ਆਸ਼ਿਕ ਹੁੰਦੇ ਨੇ ਨਾ, ਜਿਹੜੇ ਸੱਚੇ ਆਸ਼ਿਕ ਹੁੰਦੇ ਨੇ, ਉਹ ਸਾਰੀਆਂ ਸੀਗੀਆਂ ਲੈ ਕੇ ਪੂਰੀਆਂ ਪਿਛਾਂ ਜੋਰਾਂ ਨੂੰ ਆਉਣ ਕੇ ਦੱਸਦੇ ਨੇ, ਤੇ ਸਾਡੇ ਤਾਂ ਪਹਿਲਾਂ ਹੀ ਪਤਾ ਹੈ। ਸੋਨਿਆ ਆਪਣਾ ਧੱਫੜੀ ਪੈ ਗਈ ਏ ਉੱਥੇ, ਸੋਨਿਆ ਬਹੁਤ ਭੁਗਤੀਆਂ ਪੈ ਗਈਆਂ ਨੇ, ਆਉਂਦੀ ਪਈ ਏ, ਆਉਂਦੀ ਪਈ ਨੇ, ਆਉਂਦੀ ਪਈ ਨੇ, ਸੱਚੇ ਜਾਣੇ ਆਲ ਦੋਨੇ ਆਉਂਦੇ ਪਈ, ਘੋੜੇ ਵੀ ਆਉਂਦੇ ਪਏ ਨੇ, ਦੋਨੇ ਇਨਸਾਨ ਵੀ ਆਉਂਦੇ ਪਏ ਨੇ, ਹਥਿਆਰ ਵੀ ਨਾਲ ਜੇ, ਦੇਵਰਾਤ ਵੀ ਨਾਲ ਜੇ, ਹਰ ਤਰ੍ਹਾਂ ਦਾ ਰੰਗ ਲੈ ਕੇ ਲੱਗੇ ਆਉਂਦੇ ਜੇ। ਆਪ ਫਰਮਾਉਂਦੇ ਨੇ, ਇਹ ਜਾ ਰੰਗ ਬੰਨਾਂਗੇ, ਇਹ ਜਾ ਰੰਗ ਬੰਨਾਂਗੇ, ਇਹ ਜਾ ਰੰਗ ਬੰਨਾਂਗੇ, ਕਮਾਲੀ ਹੋ ਜਾਏਗੀ, ਕਮਾਲੀ ਹੋ ਜਾਏਗੀ, ਕਮਾਲੀ ਹੋ ਜਾਏਗੀ। ਅਸਾਂ ਦੱਸਾਂਗੇ ਆਉਣ ਵਾਲੇ ਨੂੰ, ਸਾਰੇ ਯਾਦ ਕਰਦੇ, ਧੂੜ ਨਜ਼ਰ ਆਉਣ ਲੱਗ ਪਈ, ਧੂੜ ਨਜ਼ਰ ਆਉਣ ਲੱਗ ਪਈ, ਗਰੀਬ ਆ ਗਏ ਨੇ, ਮੀਂਹ ਦੋ ਮੀਨਾ ਦੇ ਹਜ਼ੂਰ ਕੀ ਫਰਮਾਉਂਦੇ, ਬੜ ਕਿਉਂ ਬਈ ਆ ਜਾਓ, ਜਿਹੜਾ ਮੈਂ ਤਖਤ ਚਾਹ ਕੇ ਇਹ ਐਡ ਕਰਕੇ ਤੇ ਤੁਹਾਡੇ ਕੋਲ ਲੈ ਆਓ, ਜਿਹਨੂੰ ਉੱਠਿਆ ਚੰਗਾ ਨਹੀਂ ਗਣੀ, ਜਿਹਨਾਂ ਦਾ ਆਈ ਜੀ, ਜਿਹਨੀਆਂ ਜਿਹਨਾਂ ਦਾ ਸਰਕੋਪ, ਜਿਹਨਾਂ ਦਾ ਉਸਤਾਦ, ਜਿਹਨਾਂ ਦਾ ਟੀਚਰ ਉੱਠਿਆ, ਸਮਝੋ ਬਸ ਬਰਖਾਸਤ ਹੁੰਦੀ, ਬਸ ਵਕਤ ਆਇਆ। ਆ ਫਰਮਾਉਂਦੇ ਨੇ, ਬਹਿ ਰਹਿ
ਰੰਦਾ ਮਾਹੌਲ ਖਾਸ ਤੋਂ ਹਾਂ ਵੀ ਤੂੰ ਹੋ ਰਿਹਾ ਅੱਲਾ ਦਾ ਬੰਦਾ ਉੱਠਿਆ ਅੱਲਾ ਦਾ ਬੰਦਾ ਉੱਠਿਆ ਸਰਕਾਰ ਦਾ ਸਾਹਬੀ ਉੱਠਿਆ ਸਰਕਾਰ ਦੇ ਮੰਨਣ ਵਾਲਾ ਉੱਠਿਆ ਜਨਾਬ ਹਜ਼ਰਤ ਸੁਲੇਮਾਨ ਅੱਲਾ ਇਸਲਾਮ ਦੇ ਮੰਨਣ ਵਾਲਾ ਉੱਠਿਆ ਹਾਂ ਬਈ ਸੁਣਿਓ ਆਪਨੇ ਇੰਜ ਕਰਕੇ ਅੱਖਾਂ ਵਰਗ ਹਾਂ ਹਾਂ ਬੇਲੀਆ ਤੇਰੇ ਕੋਲ ਕੀ ਹੈ ਫਰਮਾਇਆ ਤੁਸੀਂ ਸੋਹਣਿਓ ਅੱਖ ਤੇ ਖੋਲੋ ਸੋਹਣਿਓ ਤੁਸੀਂ ਅੱਖ ਤੇ ਖੋਲੋ ਹਜ਼ੂਰ ਫਰਮਾਉਂਦੇ ਨੇ ਫੇਰ ਤਖ਼ਤ ਤੁਹਾਡੇ ਸਾਹਮਣੇ ਹੋਏਗਾ ਤਖ਼ਤ ਤੁਹਾਡੇ ਸਾਹਮਣੇ ਹੋਏਗਾ ਤੁਸੀਂ ਇਹ ਅੱਖ ਖੋਲੋ ਹਜ਼ੂਰ ਫਰਮਾਉਂਦੇ ਨੇ ਬੜੇ ਪਿਆਰ ਦੇ ਅੰਦਾਜ਼ ਨਾਲ ਹਜ਼ਰਤ ਮੂਸਾ ਅਲੈਹਿ ਸਲਾਮ ਫਰਮਾਉਂਦੇ ਇਹ ਖੁੱਲ ਗਈ ਆ ਤੇ ਕਹਿੰਦੇ ਹਜ਼ੂਰ ਆ ਤਖ਼ਤ ਵੀ ਲੈ ਲਓ ਉਹ ਕੌਣ ਹੈ ਬੰਦਾ ਕੁਰਾਨ ਪਾਕ ਦੇ ਵਿੱਚ ਪੜ ਤੈਨੂੰ ਆਵੇ ਅਕਲ ਤੈਨੂੰ ਆਵੇ ਕੋਈ ਸ਼ਹੂਰ ਜਿੰਦੇ ਕੋਲ ਕਿਤਾਬ ਦਾ ਥੋੜਾ ਜਿਹਾ ਇਲਮ ਸੀ ਕਿਤਾਬ ਦਾ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਇਲਮ ਸੀ ਤੇ ਮਾਇਆ ਤੇ ਹਕਮਤਾਂ ਦਾ ਤੇ ਪੱਤਰ ਕਿਤਾਬਾਂ ਦਾ ਬਾਦਸ਼ਾਹ ਸੀ ਇਹਨਾਂ ਬਾਰੇ ਕੀ ਸੋਚਦੇ ਹੈ ਯਾ ਹੋਏ ਤੇ ਨਾ ਭੁੱਲਾ ਹੋਵੇ ਇਵੇਂ ਨਾ ਕੰਮ ਕਰਿਆ ਕਰ ਸਰਕਾਰ ਦੀ ਜ਼ਾਤ ਨੂੰ ਟੱਚ ਨਾ ਕਰਿਆ ਕਰ ਜੋ ਕੁਝ ਵੀ ਲੱਭਣਾ ਹੈ ਜਿੱਥੋਂ ਵੀ ਲੱਭਣਾ ਹੈ ਜਦੋਂ ਵੀ ਲੱਭਣਾ ਹੈ ਰਹਿਣਾ ਨਾ ਫਿਰਕਿਆਂ ਚ ਰੱਖ ਰਹੋ ਜਿਹੜੇ ਮਰਜ਼ੀ ਫਿਰਕੇ ਚ ਸੀ ਤੈਨੂੰ ਕੁਛ ਆਉਂਦੇ ਕਿ ਤੂੰ ਜ਼ਰੂਰ ਹੀ ਮਤਲਬ ਕਿ ਸੁਣਨੀ ਬਰੇਡੀ ਦੇ ਗੱਲ ਝਾੜ ਪਾ ਲੈ ਅਸੀਂ ਭਾਬੀਆਂ ਨਾਲ ਲਵਾ ਲਈਏ ਮਗਰ ਚੇਤਾ ਰੱਖ ਜਿੱਥੇ ਮਰਜ਼ੀ ਰਹੋ ਸਰਕਾਰ ਦਾ ਗੁਲਾਮ ਬਣ ਕੇ ਰਹੋ ਸਰਕਾਰ ਦਾ ਗੁਲਾਮ ਬਣ ਕੇ ਰਹੋ ਮੁਹੰਮਦ ਸੇ ਵਫਾ ਤੁਮੇ ਤੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੈ ਕਿ ਅੱਲਾਹ ਉਹ ਕਲਮ ਤੇਰੇ ਹੈ ਤੇ ਕਹਿ ਦੇ ਨਾ ਉੱਚੀ ਵਾਲੀ ਸਾਰਾ ਜ਼ੋਰ ਲਾ ਕੇ ਹਬੀਬਾ ਜਿੱਤੇ ਹਬੀਬਾ ਜਿੱਤੇ ਬਹਾਰਾਂ ਨਾ ਹੁੰਦੀਆਂ ਲਾਸਟ ਬਾਤ ਕਹਿ ਦੇਵਾਂ ਬੜੇ ਪਿਆਰ ਜੇ ਤੁਸੀਂ ਬਾਂ ਪੜੀ ਅਸੀਂ ਪਾਰ ਲੱਗੇ ਜੇ ਤੂੰ ਬਾਂ ਨਾ ਫੜਦੋ ਕਿਨਾਰੇ ਨਾ ਹੁੰਦੇ ਜੇ ਤੂੰ ਬਾਂ ਨਾ ਫੜਦੋ ਆਖਰੀ ਗੱਲ ਇਹ ਕਿਹਾ ਕੀ ਮੇਰੇ ਮਾਬੂਬ ਨੇ ਕੁਛ ਫਰਿਸ਼ਤੇ ਲੱਗੇ ਹੋਏ ਨੇ ਬਾਲਟੀਆਂ ਭਰ ਭਰ ਕੇ ਭਰ ਭਰ ਕੇ ਭਰ ਭਰ ਕੇ ਦੜਾਮ 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 ਸੁੱਟੀ ਜਾ ਰਹੇ ਨੇ ਸੁੱਟੀ ਜਾ ਰਹੇ ਨੇ ਸੁੱਟੀ ਜਾ ਰਹੇ ਨੇ ਕੁਝ ਛੋਕਰੇ ਕੁਝ ਵੱਡੇ ਕੁਝ ਨਿੱਕੇ ਕੁਝ ਸ਼ਾਹ ਕੋਈ ਗਦਾ ਥੱਲੇ ਤੜਪਣ ਡੈਣ ਤੇ ਬਾਲਟੀਆਂ ਤੱਤੀਆਂ ਤੱਤੀਆਂ ਭਰ ਭਰ ਕੇ ਆ ਬੋਲੋ ਨਾ ਭਰ ਭਰ ਕੇ ਸੁੱਟਣ ਡੈ ਨੇ ਅਰਜ਼ ਕੀਤੀ ਸੋਹਣਿਆ ਐ ਕੀ ਹੋ ਰਿਹਾ ਹੈ ਫਰਮਾਇਆ ਇਹ ਉਹ ਲੋਕ ਨੇ ਇਹ ਔਰ ਸੁਣੋ ਇਹ ਉਹ ਲੋਕ ਨੇ ਜਿਹੜੀਆਂ ਆਪਣੀਆਂ ਨਜ਼ਰਾਂ ਨੂੰ ਆਪਣੇ ਤਨ ਨੂੰ ਆਪਣੇ ਜ਼ਿਹਨ ਨੂੰ ਆਪਣੇ ਨਫਸਾਂ ਨੂੰ ਆਪਣੇ ਧਿਆਨਾਂ ਨੂੰ ਆਪਣੇ ਖਿਆਲਾਂ ਨੂੰ ਕਾਇਮ ਨਹੀਂ ਸੀ ਰੱਖਦੇ ਉਹਨਾਂ ਉੱਤੇ ਤੱਤਾ ਬਾਣੀ ਡਿੱਗਦਾ ਪਿਆ ਉਹਨਾਂ ਉੱਤੇ ਤੱਤਾ ਬਾਣੀ ਡਿੱਗਦਾ ਪਿਆ ਪੁੱਤਰੋ ਮੇਰੀ ਇਹ ਦੁਆ ਕਿ ਅੱਲਾ ਗੈਰ ਨਜ਼ਰ ਤੋਂ ਮਹਿਫੂਜ਼ ਰੱਖੇ ਬੇ ਔਲਾਦਿਆਂ ਨੂੰ ਅੱਲਾ ਔਲਾਦ ਦੇ ਰੱਜ ਕੇ ਅੱਜ ਦਿਲੀ ਦੁਆ ਸਰਕਾਰ ਦੇ ਮਿਲਾਦ ਕਿ ਜਿਹਦੇ ਕੋਲ ਵੀ ਸੋਹਣਿਆ ਔਲਾਦ ਨਹੀਂ ਹੈ ਉਹਨੂੰ ਅਤਾ ਫਰਮਾ ਔਰ ਇਸੇ ਸਾਲ ਫਰਮਾ ਔਰ ਇੱਥੇ ਹੀ ਐਲਾਨ ਕਰਾਂ ਕਈਨਵੀਂ ਲੱਭੀ ਉਹ ਐਨਵੀਂ ਲੱਭੀ ਉਹ ਐਨਵੀਂ ਲੱਭੀ ਉਹ ਐਨਵੀਂ ਲੱਭੀ ਉਹ ਤੇਰਾ ਤੇ ਹੁਣ ਵੀ ਜਿਹੜੇ ਸੁਣਨਗੇ ਅੱਲਾ ਉਹਨਾਂ ਨੂੰ
نظر تو محفوظ فرما کے سرکار دا عشق سچا عطا فرماواں دیندا یار سو